ਅਸਲਾਮ ਅਲੈਕਮ ਉਮੀਦ ਕਰਦੇ ਸਾਰੇ ਸਹੀ ਹੋਣਗੇ ਜੀ ਪਹਿਲਾ ਵਲੋਗ ਸ਼ੁਰੂ ਕੀਤਾ ਸੀ ਤਿੰਨਾਂ ਭਰਾਵਾਂ ਨੇ ਅਤੇ ਤਿੰਨਾਂ ਭਰਾਵਾਂ ਨੇ ਸਬਜ਼ੀ ਦਾ ਕੰਮ ਸ਼ੁਰੂ ਕੀਤਾ ਅਤੇ ਸਬਜ਼ੀ ਵਿਕਦੀ ਨਹੀਂ ਪਈ ਇਸ ਭਾਈ ਨੇ ਗੋਂਗਰੂ ਵੇਚਣੇ ਨੇ ਇਹਨੇ ਪਾਲਕ ਲਾਈ ਅਤੇ ਮੈਂ ਸਾਗ ਲਾਇਆ ਅਤੇ ਵਿਕਣ ਕੋਈ ਵੀ ਨਹੀਂ ਦੇਈ ਇਸ ਭਾਈ ਨੇ ਤਾਂ ਘਿਓ ਲੈ ਕੇ ਆਉਣਾ ਨਾ ਵਾਲੇ ਨੇ ਵੀ ਘਿਓ ਨਹੀਂ ਹੈਗਾ ਸ਼ਾਮ ਦੀ ਆਂਡੀ ਨਹੀਂ ਬਣਨੀ ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਬੁੱਕੀ ਨਹੀਂ ਕਰਨੇ ਕਾ ਆਰਾਮ ਸੇ ਲੈਣੇ ਕਾ ਹਾਂ ਪੰਜ ਘੰਟੇ ਹੋ ਗਏ ਨੇ ਤੇ ਭਾਈ ਜੀ ਸਬਜ਼ੀ ਨਹੀਂ ਵਿਕੀ ਬਹੁਤ ਪਰੇਸ਼ਾਨ ਹੈ ਅੱਜ ਛੁੱਟੀ ਆ ਛੁੱਟੀ ਕੱਲ੍ਹ ਚੱਲਣਗੀਆਂ ਅਤੇ ਬਹੁਤ ਪਰੇਸ਼ਾਨ ਹੈ ਪੰਜਾਂ ਘੰਟਿਆਂ ਤੋਂ ਬਾਅਦ ਵੀ ਕੋਈ ਗਾਹਕ ਨਹੀਂ ਆਇਆ ਇਸ ਬੰਦੇ ਤੋਂ ਅਤੇ ਮੇਰੀ ਸਲਾਹ ਬਣਦੀ ਪਈ ਹੈ ਕਿ ਅਸੀਂ ਦੋਵੇਂ 50,000 ਰੁਪਏ ਦੇ ਕੇ ਇਸ ਬੰਦੇ ਦਾ ਗੁਜ਼ਾਰਾ ਕਰਾ ਦਈਏ ਅਤੇ ਗੁਜ਼ਾਰਿਸ਼ ਹੈ ਕਿ ਜਿਹੜੇ ਬੰਦੇ ਵੇਖਣ ਦੇ ਨੇ ਕਿਲੋ ਕਿਲੋ ਗੋਂਗਰੂ